ਬੀਤੇ ਦਿਨੀ ਇਨਕਮ ਟੈਕਸ ਵਿਭਾਗ ਲੁਧਿਆਣਾ ਵੱਲੋਂ ਦੋ ਚਾਰਟਰਡ ਅਕਾਊਂਟੈਂਟਸ ਉੱਤੇ ਸਰਵੇ ਦੇ ਰੋਸ਼ ਵਜੋਂ ਡਿਸਟ੍ਰਿਕਟ ਟੈਕਸਟੇਸ਼ਨ ਬਾਰ ਐਸੋਸੀਏਸ਼ਨ ਦੇ ਬੈਨਰ ਤਲੇ ਚਾਰਟਰਡ ਅਕਾਊਂਟੈਂਟਸ ਨੇ ਰਿਸ਼ੀ ਨਗਰ ਵਿਖੇ ਇਨਕਮ ਟੈਕਸ ਵਿਭਾਗ ਦੇ ਬਾਹਰ ਆਪਣਾ ਰੋਸ਼ ਜ਼ਾਹਿਰ ਕੀਤਾ। ਦੋਨੋਂ ਪਹਿਲੇ ਇਨਕਮ ਟੈਕਸ ਡਿਪਾਰਟਮੈਂਟ ਨੇ ਦੋ ਸੀ ਏ ਲੁਧਿਆਣੇ ਦੇ, ਉਹਨਾਂ ਦੇ ਸਰਵੇ ਕੀਤਾ ਸੀਗਾ ਅਤੇ ਕੁਛ ਉਹਨਾਂ ਦੇ ਅਖਬਾਰ 'ਚ ਗਲਤ ਉਹਨਾਂ ਦੇ ਨਿਊਜ਼ ਲੱਗ ਗਈ ਕਿ ਕੁਛ ਬਲੈਕ ਮਨੀ ਵਾਈਟ ਮਨੀ ਕਰ ਰਹੇ ਹੈਗੇ ਇੱਦਾਂ ਦੀ, ਅਤੇ ਜਿਹੜਾ ਇਹਨਾਂ ਦਾ ਸੀਗਾ ਸਰਵੇ ਕੀਤਾ ਗਿਆ। ਜਦੋਂ ਸਾਡੇ ਡਿਸਟ੍ਰਿਕਟ ਟੈਕਸ ਵਿਭਾਗ ਪ੍ਰਧਾਨ ਜੀ ਨੇ ਗੱਲ ਕੀਤੀ ਵੀ ਜਿਹੜਾ ਸਰਵੇ ਹੈਗਾ, ਅਗਰ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਕਿਸੇ ਕੰਪਨੀ ਰਿਲੇਟਿਡ ਤਾਂ ਤੁਸੀਂ ਸਪੈਸੀਫਿਕ ਉਹੀ ਇਨਫੋਰਮੇਸ਼ਨ ਬਾਰੇ ਹੀ ਗੱਲ ਕਰੋ, ਨਾ ਕਿ ਤੁਸੀਂ ਉਹਦਾ ਸਾਰਾ ਜਾ ਕੇ ਕੰਪਿਊਟਰ ਡਾਟਾ ਲਿਆਓ ਕਿਸੇ ਸੀਏ ਜਾ ਕੇ ਟੈਕਸ ਪ੍ਰੋਫੈਸ਼ਨਲ ਜਾ ਕੇ ਜਾਂ ਅਲਮਾਰੀ ਰਿਕਾਰਡ ਛਾਣਬੀਨ ਕਰੋ, ਤੁਸੀਂ ਸਪੈਸੀਫਿਕ ਇਨਫੋਰਮੇਸ਼ਨ ਬਾਰੇ ਹੀ ਗੱਲ ਕਰੋ। ਅਤੇ ਕੱਲ੍ਹ ਅਸੀਂ ਪਹਿਲੇ ਆਏ ਸੀ ਅਤੇ ਇਨਕਮ ਟੈਕਸ ਡਿਪਾਰਟਮੈਂਟ ਅਤੇ ਇੱਥੇ ਕਮਿਸ਼ਨਰ ਸਾਹਿਬ ਮਿਲੇ ਨਹੀਂ ਹੈਗੇ, ਉਹ ਬਾਹਰ ਸੀਗੇ, ਅਤੇ ਅੱਜ ਉਹਨਾਂ ਨੇ 11:30 ਦਾ ਟਾਈਮ ਰੱਖਿਆ ਮੀਟਿੰਗ ਦਾ। ਅੱਜ ਸਾਡੇ ਬਾਰ ਐਸੋਸੀਏਸ਼ਨ ਐਗਜੈਕਟਿਵ ਮੈਂਬਰ ਮਿਲੇ ਹੈਗੇ ਟੀਮ, ਅਤੇ ਉਹਨਾਂ ਜਿਹੜੇ ਹਾਂਜੀ ਚਾਰਟਰਡ ਅਕਾਊਂਟੈਂਟ ਵੀ ਸਾਡੇ ਸਾਰੇ ਐਸੋਸੀਏਸ਼ਨ ਐਡਵੋਕੇਟਸ ਵੀ ਮਿਲੇ ਹੈਗੇ ਸਾਰੇ ਜਿਹੜੇ ਕਮਿਸ਼ਨਰ ਸਾਹਿਬ ਨੂੰ, ਅਤੇ ਉਹਨਾਂ ਨੇ ਅਸ਼ੋਰੈਂਸ ਦਿੱਤਾ ਹੈਗਾ ਕਿ ਡਾਟਾ ਜਿਹੜਾ ਸਪੈਸੀਫਿਕ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਕਿਸੇ ਕੰਪਨੀ ਦੀ ਜਿਹੜੇ ਰਿਕਾਰਡ ਚਾਹੀਦਾ ਸੀ ਉਹਦੇ ਬਾਰੇ ਹੀ ਗੱਲ ਕਰਾਂਗੇ ਅਤੇ ਹੋਰ ਕਿਸੇ ਨੂੰ ਟੱਚ ਨਹੀਂ ਕਰਾਂਗੇ। ਜੇ ਕਿਸੇ ਅਖਬਾਰ ਗਲਤ ਨਿਊਜ਼ ਪੇਪਰ ਲੱਗ ਗਈ ਹੈਗੀ ਹੈ ਤਾਂ ਉਹਨੂੰ ਕੰਡੈਮ ਕਰਾਂਗੇ ਆਪਾਂ। ਲੁਧਿਆਣਾ ਤੋਂ ਯੋਗੇਸ਼ ਕਪੂਰ ਨਾਲ ਬਾਬੀ ਕਾਠੀਆ ਦੀ ਰਿਪੋਰਟ, ਚੈਨਲ 2।